ਇਹ ਗੱਲ ਨੂੰ ਪੂਰਨ ਕਰਦਿਆਂ ਕਰਦਿਆਂ ਮਨੁੱਖ ਨੂੰ 40 ਸਾਲ ਲੱਗ ਜਾਂਦੇ ਆ। ਪਵਿੱਤਰ ਗੁਰੂ ਸਾਹਿਬ ਦਾ ਕਥਨ ਹੈ ਗੁਰੂ ਗ੍ਰੰਥ ਸਾਹਿਬ ਦਾ, 10 ਬਾਲਤਣ 20 ਰਵਣ ਤੀਸਾ ਕਾ ਸੁੰਦਰ ਕਹਾਵੈ, 40 ਹੀ ਪੁਰ ਹੋਏ, 85 ਪੱਖਸ ਹੈ 60 ਕੇ ਬੁਢੇਪਾ ਹੈ। 40 ਸਾਲ ਤੱਕ ਮਨੁੱਖ ਦਾ ਸਰੀਰ ਪੂਰਨ ਹੁੰਦਾ, 40 ਸਾਲ ਤੋਂ ਬਾਅਦ ਘਟਤਾ ਸਕਦਾ ਵੱਧਦਾ ਨਹੀਂ, ਪਰ 40 ਸਾਲ ਤੱਕ ਜਾ ਕੇ ਵੀ ਮਨੁੱਖ ਆਪਣੇ ਆਪ ਨੂੰ ਪੂਰਨ ਨਹੀਂ ਮਹਿਸੂਸ ਕਰਦਾ, ਕਿਉਂਕਿ ਪੂਰਨਤਾ ਸਰੀਰ ਨਾਲ ਨਹੀਂ, ਇਹਦੇ ਅੰਦਰ ਇੱਕ ਮਨ ਨਾਮ ਦੀ ਵਸਤੂ ਹੈ, ਬੁੱਧੀ ਹੈ, ਸੋਚ ਹੈ, ਇਹ ਉਹਨੂੰ ਪੂਰਾ ਕਰਨਾ ਚਾਹੁੰਦਾ ਹੈ। ਅਨੇਕ ਪ੍ਰਕਾਰ ਦੇ ਖਾਣੇ ਖਾ ਕੇ, ਅਨੇਕ ਪ੍ਰਕਾਰ ਦੇ ਰਸ ਲੈ ਕੇ ਜੀਵ ਨਾਲ, ਅਨੇਕ ਪ੍ਰਕਾਰ ਦੇ ਗੀਤ ਸੰਗੀਤ ਸੁਣ ਕੇ ਕੰਨਾਂ ਨਾਲ, ਅਨੇਕ ਪ੍ਰਕਾਰ ਦੇ ਦ੍ਰਿਸ਼ ਦੇਖ ਕੇ ਆਪਣੀਆਂ ਅੱਖਾਂ ਨਾਲ, ਅਨੇਕ ਥਾਵਾਂ ਤੇ ਜਾ ਕੇ ਪੈਰਾਂ ਨਾਲ ਇਹ ਤਲਾਸ਼ ਕਰਦਾ ਪੂਰਨਤਾ ਦੀ। ਕਦੇ ਧਨੀ ਹੋ ਕੇ ਪੂਰਨ ਹੋਣਾ ਚਾਹੁੰਦਾ, ਕਦੇ ਗੁਣੀ ਹੋ ਕੇ ਪੂਰਨ ਹੋਣਾ ਚਾਹੁੰਦਾ, ਕਦੇ ਬਲਵਾਨ ਹੋ ਕੇ ਪੂਰਨ ਚਾਹੁੰਦਾ ਹੋਣਾ ਚਾਹੁੰਦਾ, ਅਤੇ ਕੋਈ ਪਦਵੀ ਲੈ ਕੇ ਪੂਰਨ ਹੋਣਾ ਚਾਹੁੰਦਾ। ਲੇਕਿਨ ਜਿਉਂ ਜਿਉਂ ਪੂਰਨ ਦੀ ਤਲਾਸ਼ ਹੁੰਦੀ ਹੈ, ਤਿਉਂ ਤੋਂ ਰਹਿੰਦਾ ਅਧੂਰਾਪਣ ਹੈ। ਵੱਡੇ ਵੱਡੇ ਲੋਕ ਇੱਥੇ ਕੋਸ਼ਿਸ਼ਾਂ ਕਰਦੇ ਚਲੇ ਗਏ, ਪਰ ਪੂਰਨ ਨਹੀਂ ਹੋਇਆ ਗਿਆ। ਪੂਰਾ ਪ੍ਰਭਾ ਪੂਰਾ ਜੈਕਰ ਨਾ ਆਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣਗਾਓ। ਪੂਰਨ ਕੌਣ ਹੈ? ਇਹਦੀ ਪਰਿਭਾਸ਼ਾ ਪੰਚਮ ਪਾਤਸ਼ਾਹ ਸੰਸਕ੍ਰਿਤੀ ਸ਼ਲੋਕਾਂ ਚ ਅੰਗ 1357 ਦੇ ਕਰ ਰਹੇ ਹੈ। ਮੰਤਰਮ ਰਾਮ ਨਾਮ ਧਿਆਨਮ ਸਰਵਤਰ ਪੂਰਨਾ, ਗਿਆਨਮ ਸਮ ਦੁੱਖ ਸੁਖਮ ਜੋਗਤ ਨਿਰਮਲ ਨਿਰਵੈਰਨਾ। ਧਿਆਨਮ ਸਰਵਤਰ ਜੀ ਆ ਪੰਜ ਦੁੱਖ ਵਿਵਰਜਿਤਾ, ਭੋਜਨੰ ਗਪਾਲ ਕੀਰਤਨਮ ਅਲਪ ਮਾਇਆ ਜੜ ਕੰਮ ਰਹਿਤਾ। ਉਪਦੇਸ਼ ਸੰਮਿਤ ਸਤਰਾਮ ਭਗਤ ਭਗਵੰਤ ਭਗਤ ਭਾਵਣੀ, ਪਰ ਨਿੰਦਾ ਨਾ ਸਰੋਤ ਸਰਵਣਮ ਆਪ ਤਿਆਗ ਸਗਲ ਰੇਣੁਕਾ, ਖੱਟ ਲੱਖਣ ਪੂਰਨ ਪੁਰਖਾ ਨਾਨਕ ਨਾਮ ਸਾਧ ਸਜਣਾ। ਇਹ 6 ਨਿਸ਼ਾਨੀਆਂ ਜਿਹੜੇ ਮਹਾਂਪੁਰਖ ਚ ਹੋਣ ਉਹ ਪੂਰਨ ਹੁੰਦਾ। ਅਸੀਂ ਜਿਨ੍ਹਾਂ ਮਹਾਂਪੁਰਖਾਂ ਦੀ ਯਾਦ ਅੱਜ ਮਨਾ ਰਹੇ ਹਾਂ, ਉਹ ਆਪਣੇ ਆਪ ਦੇ ਵਿੱਚ ਪੂਰਨ ਮਹਾਂਪੁਰਖ ਸੀ। ਮੈਨੂੰ ਇਹ ਤਾਂ ਅੱਜ ਕਹਿਣਾ ਪੈ ਗਿਆ ਵੀ ਇੱਥੇ ਜਿਹੜਾ ਉੱਠਦਾ ਉਹੀ ਆਪਣੇ ਆਪ ਨੂੰ ਪੂਰਨ ਮਹਾਂਪੁਰਖ ਲਿਖਦਾ। ਪਹਿਲਾਂ ਬ੍ਰਹਮ ਗਿਆਨੀ ਲਿਖਦੇ ਸੀਗੇ, ਹੁਣ ਇਸ ਤੇ ਵੀ ਇਹਨੂੰ ਸੰਤੋਸ਼ ਨਹੀਂ ਹੋਇਆ, ਉਸ ਤੋਂ ਅੱਗੇ ਇਹ ਪੂਰਨ ਪੁਰਖ ਲਿਖਣ ਲੱਗ ਗਏ, ਹੁਣ ਇਹ ਪੂਰਨ ਮਹਾਂਪੁਰਖ ਲਿਖਣ ਲੱਗ ਗਏ। ਲੇਕਿਨ ਪੂਰਨ ਕੌਣ ਹੁੰਦੇ ਹੈ? ਜਿਨ੍ਹਾਂ ਦਾ ਮੰਤਰ ਰਾਮ ਰਾਮ ਹੋਵੇ ਅਤੇ ਸਮ ਦ੍ਰਿਸ਼ਟੀ ਰੱਖਦੇ ਹੋਣ, ਸਭ ਨੂੰ ਇੱਕ ਬਰਾਬਰ ਵੇਖਦੇ ਹੋਣ। ਜੇ ਬਾਬਾ ਦਇਆ ਸਿੰਘ ਦਾ ਅੱਜ ਇਹ ਮਾਣ ਹੈ, ਸਨਮਾਨ ਹੈ, ਇਹ ਸਤਿਕਾਰ ਹੈ ਦੇਸ਼ ਵਿੱਚ, ਕੌਮ ਵਿੱਚ, ਸੂਬਿਆਂ ਵਿੱਚ, ਥਾਂ ਥਾਂ ਤੇ, ਤਾਂ ਉਹਨਾਂ ਦੀ ਹੈ। ਉਹ ਛੋਟੇ ਨੂੰ, ਵੱਡੇ ਨੂੰ, ਗਰੀਬ ਨੂੰ, ਅਮੀਰ ਨੂੰ, ਹਰ ਪੰਥ ਦੇ ਸੰਤ ਨੂੰ ਭੱਜ ਕੇ ਮਿਲਦੇ ਸੀ, ਸਤਿਕਾਰ ਨਾਲ ਮਿਲਦੇ ਸੀ, ਨੀਵਾਂ ਹੋ ਕੇ ਮਿਲਦੇ ਸੀ। ਜੇ ਸਾਡੇ ਵਰਗੇ ਬੰਦੇ ਵੀ ਇੱਥੇ ਆਏ ਬੈਠੇ ਹੈ ਟੁੱਟੀਆਂ ਲੱਤਾਂ ਲੈ ਕੇ, ਤਾਂ ਸਾਡੇ ਮਨ 'ਚ ਵੀ ਉਹਨਾਂ ਦੇ ਸਮਦਰਸ਼ੀ ਹੋਣ ਦਾ ਸਤਿਕਾਰ ਹੈ। ਪਰ ਮਾਫ਼ ਕਰਨਾ, ਮੈਂ 9 ਵਜੇ ਦਾ ਇੱਥੇ ਆਇਆ, ਬਾਰ ਬਾਰ ਸਭ ਦੀਆਂ ਹਾਜ਼ਰੀਆਂ ਲੱਗਦੀਆਂ, ਤੁਸੀਂ ਸਾਰੇ ਮੇਰੇ ਨਾਲ ਬੈਠੇ ਹੋ, ਸੁਣਨ ਵਾਲੇ, ਮੇਰਾ ਨਾਂ ਹੁਣ ਤੱਕ ਨਹੀਂ ਲਿਆ ਗਿਆ ਸਟੇਜ 'ਤੇ। ਕਿਉਂ ਬਈ, ਮੇਰੀ ਹਾਜ਼ਰੀ ਹਾਜ਼ਰੀ ਨਹੀਂ, ਮੈਂ ਨਹੀਂ ਇੱਥੇ ਆਇਆ, ਕਿਉਂਕਿ ਨਹੀਂ। ਮੰਤਰਮ ਰਾਮ ਨਾਮਮ ਧਿਆਨਮ ਸਰਵਤਰ ਪੂਰਨਾ, ਗਿਆਨਮ ਸਮ ਦੁੱਖ ਸੁਖਮ, ਉਹਦਾ ਗਿਆਨ ਸੁੱਖ ਤੇ ਦੁੱਖ 'ਚ ਬਰਾਬਰ ਹੁੰਦਾ। ਉਹ ਜਾਣਦੇ ਹੈ ਐਤਵਾਰ ਦੇ ਪਿੱਛੇ ਸੋਮਵਾਰ ਲੱਗਿਆ, ਮਾਣ ਦੇ ਪਿੱਛੇ ਅਪਮਾਨ ਲੱਗਿਆ, ਗਰੀਬੀ ਦੇ ਨਾਲ ਅਮੀਰੀ ਹੈ, ਭੁੱਖ ਨਾਲ ਦੁੱਖ ਹੈ, ਜੇ ਚੜ੍ਹਦੀ ਕਲਾ ਢਹਿੰਦੀ ਕਲਾ ਵੀ ਹੈ। ਜਿੱਡੀ ਵੱਡੀ ਇੱਜ਼ਤ ਹੈ ਕਿਸੇ ਆਦਮੀ ਦੀ, ਜਿੱਦਾਂ ਡਿੱਗਿਆ ਉੱਡੀ ਵੱਡੀ ਬੇਇੱਜ਼ਤੀ ਹੋਊਗੀ। ਇਸ ਵਾਸਤੇ ਉਹਨਾਂ ਮਹਾਂਪੁਰਖਾਂ ਦਾ ਗਿਆਨ ਬਰਾਬਰ ਹੁੰਦਾ। ਅਤੇ ਉਹ ਭੋਜਨ ਕਿਹਦਾ ਕਰਦੇ ਆ? ਗੋਪਾਲ ਕੀਰਤਨ ਦਾ। ਕਈ ਲੋਕ ਕਹਿੰਦੇ ਹੈ ਜੇ ਭਗਵਾਨ ਦੇ ਭੋਜਨ ਕਰਨ ਨਾਲ ਭੁੱਖ ਮਰਦੀ ਹੈ, ਫਿਰ ਤੁਸੀਂ ਕਿਉਂ ਰੋਟੀਆਂ ਖਾਂਦੇ ਹੋ, ਤੁਸੀਂ ਕਿਹੜਾ ਖੀਰਾ ਕਿਉਂ ਖਾਂਦੇ ਹੋ, ਤੁਸੀਂ ਭਜਨ ਕਰ ਲਿਆ ਕਰੋ ਖਾਂ। ਉਹਦਾ ਜਵਾਬ ਹੈ ਵੀ ਅਸੀਂ ਭਜਨ ਜ਼ਰੂਰ ਕਰਦੇ ਹਾਂ, ਲੇਕਿਨ ਸਾਨੂੰ ਅਜੇ ਉਹ ਭਜਨ ਕਰਨਾ ਨਹੀਂ ਆਉਂਦਾ, ਕਿਉਂਕਿ ਭਜਨ ਕਰ ਲੈਣ ਤੋਂ ਬਾਅਦ ਮਨੁੱਖ ਨੂੰ ਜੋ ਤ੍ਰਿਪਤੀ ਹੁੰਦੀ ਹੈ, ਜੋ ਰੱਜ ਆਉਂਦਾ ਹੈ, ਉਹ ਸਾਨੂੰ ਆਇਆ ਹੀ ਨਹੀਂ। ਅਸੀਂ ਭੋਜਨ ਕਰਨ ਤੋਂ ਬਾਅਦ ਯਸ਼ ਵੀ ਸੁਣਨਾ ਚਾਹੁੰਦੇ ਹਾਂ, ਕੀਰਤ ਵੀ ਸੁਣਨਾ ਚਾਹੁੰਦੇ ਹਾਂ, ਪੈਸੇ ਵੀ ਲੈਣੇ ਚਾਹੁੰਦੇ ਹਾਂ, ਕੰਬਲੀਆਂ ਵੀ ਲੈਣਾ ਚਾਹੁੰਦੇ ਹਾਂ, ਕਾਰ ਦਾ ਤੇਲ ਵੀ ਮੰਗਦੇ ਹਾਂ, ਅਸੀਂ ਕਿੱਥੋਂ ਪੂਰਨ ਹੋ ਗਏ?
ਅਸੀਂ ਤਾਂ ਮਾਰੇ ਪਿਆ ਅਹੰਕਾਰ ਦੇ, ਹਉਮੈ ਦੇ, ਦਵੈਤ ਦੇ, ਦੂਈ ਭਾਵਨਾ ਦੇ। ਜਿਹੜਾ ਰੱਜਿਆ ਆਦਮੀ ਹੁੰਦਾ ਮਾਫ ਕਰਨਾ, ਉਹ ਬਹੁਤੀ ਰੋਟੀ ਨਹੀਂ ਖਾਂਦਾ, ਬਹੁਤੀ ਭੁੱਖ ਸਦਾ, ਬਹੁਤੀ ਭੁੱਖ ਸਦਾ ਅਧੂਰੇ ਬੰਦੇ ਨੂੰ ਲੱਗਦੀ ਹੈ। ਤੁਸੀਂ ਦੱਸੋ ਵੀ ਇੱਕ ਬੁੜੀ ਦੇ ਮੁੰਡੇ ਦਾ ਵਿਆਹ ਹੈ, ਮੁੰਡਾ ਨੌਜਵਾਨ ਹੋਵੇ, ਲੇਟ ਵਿਆਹ ਹੋਇਆ ਹੋਵੇ ਕਾਫੀ ਚਿਰ ਤੋਂ ਬਾਅਦ, ਤੇ ਉਹ ਸਾਰਿਆਂ ਨੂੰ ਪੁੱਛਦੀ ਫਿਰਦੀ ਹੈ, ਕਹਿੰਦੇ ਤੂੰ ਰੋਟੀ ਖਾ ਲਈ, ਜਨੈਸ ਹੈ ਤੂੰ ਖਾ ਲਈ, ਜੋ ਕਹਿੰਦੇ ਭੂਆ ਤੂੰ ਖਾਣਾ ਮੇਰਾ ਕੋਈ ਨਹੀਂ ਸਰਜੂ, ਬਾਂਸੋ ਤੈਂ ਕਾਲੀ ਕਲਵਾਨ ਤੂੰ ਖਾ ਲਈ, ਤੁਸੀਂ ਭੂਆ ਜੀ ਖਾਂਦੇ ਮੇਰਾ ਕੋਈ ਨਹੀਂ ਸਰਜੂ, ਉਹਦਾ ਕਿਵੇਂ ਸਾਡਾ? ਉਹਦੇ ਪੁੱਤ ਦਾ ਵਿਆਹ, ਉਹਨੂੰ ਭੁੱਖ ਹੀ ਨਹੀਂ, ਉਹਨੂੰ ਭੁੱਖ ਲੱਗਦੀ ਨਹੀਂ। ਜਦੋਂ ਇੱਕ ਬੁੜੀ ਦੇ ਪੁੱਤ ਦਾ ਵਿਆਹ ਹੁੰਦਾ ਤੇ ਉਹਦੀ ਭੁੱਖ ਮਰ ਜਾਂਦੀ ਹੈ। ਜੇ ਕਿਸੇ ਬੰਦੇ ਨੂੰ ਰੱਬ ਮਿਲ ਜੇ, ਪਰਮੇਸ਼ਰ ਮਿਲ ਜੇ, ਗੁਰੂ ਮਿਲ ਜੇ, ਫਿਰ ਕੀ ਉਹ ਕੜਾਹ ਖੀਰ ਮੰਗੂ? ਸਾਡੀਆਂ ਭੁੱਖਾਂ ਦਾ, ਸਾਡੀਆਂ ਮੰਗਾਂ ਦਾ, ਸਾਡੀਆਂ ਚੌਧਰਾਂ ਦਾ ਕਾਰਨ ਇਹ ਹੈ। ਅੱਜ ਕੀ ਚੱਕਰ, ਕੀ ਠਾਕਰ, ਕੀ ਸੇਵਕ, ਕੀ ਸਵਾਮੀ, ਸਾਰੇ ਹੋਮੇ ਦੇ ਪਿੱਛੇ ਭੱਜੇ ਫਿਰਦੇ ਆ। ਸਾਰੇ ਕਹਿੰਦੇ ਹੋਰ ਨੂੰ ਮਿਲੇ ਨਾ ਮਿਲੇ, ਮੇਰੇ ਪੰਜ ਸਨ ਚੋਦੇ, ਜੇ ਨਹੀਂ ਪੰਜ ਤਾਂ ਇੱਕ ਚੋਦੇ, ਭਾਂਡਾ ਇਹ ਨਹੀਂ ਪੁੰਜੇ ਚੋਦੇ, ਪਰ ਚੋਦੇ ਮੇਰਾ ਕੰਮ ਬਣ ਜੇ। ਫਿਰ ਇਹ ਪੂਰਨ ਕਾਹਦਾ ਹੁੰਦਾ? ਪੂਰਨ ਹੋਣ ਵਾਸਤੇ ਗੁਰੂ ਸਾਹਿਬ ਕਹਿੰਦੇ ਆ ਪੂਰਾ ਪਰ ਭਰਾ ਦਿਆ, ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਗੁਣ ਗਾਓ। ਔਰ ਫਿਰ ਉਹਦੇ ਕੀ ਲਕਸ਼ਣ ਆ ਮਹਾਂਪੁਰਸ਼ਾਂ ਦੇ? ਚੌਥਾ ਲਕਸ਼ਣ ਹੈ ਉਪਦੇਸ਼ਮ ਸਮ ਮਿੱਤਰ ਸਤਰਾ। ਉਹ ਭਗਵਾਨ ਦੇ ਭਗਤ ਹੁੰਦੇ ਆ ਤੇ ਉਪਦੇਸ਼ ਸਭ ਨੂੰ ਸਾਂਝਾ ਕਰਦੇ ਆ। ਭੌਰੇ ਨਹੀਂ ਵੇਖਦੇ ਵੀ ਕਿੰਨਾ ਦੇ ਘਰ ਦਾ ਫੁੱਲ ਹੈ, ਚੰਦਰਮਾ ਨਹੀਂ ਵੇਖਦਾ ਵੀ ਜਦੋਂ ਮੈਂ ਚਾਂਦਨੀ ਛਿੜਕਦਾ ਇਹ ਕਿਹਨੂੰ ਛਿੜਕਦਾ, ਉਹ ਸਭਾ 'ਚ ਬੈਠੇ ਸਭਾ 'ਚ ਬੋਲਦੇ, ਇਹ ਨਹੀਂ ਵੇਖਦੇ ਵੀ ਸਵਾਮੀ ਬ੍ਰਹਮਦੇਵ ਹੈ, ਇਹ ਉਦਾਸੀ ਹੈ, ਇਹਦਾ ਨਾਂ ਨਾ ਲਓ, ਉਹਨਾਂ 'ਚ ਇਹ ਦਵੇਸ਼ ਨਹੀਂ ਹੁੰਦਾ। ਉਪਦੇਸ਼ ਆ ਮਿੱਤਰ ਸਤਰਾ ਭਗਵੰਤ ਭਗਤ ਪਾਵਨੀ, ਪਰ ਨਿੰਦਾ ਨਾ ਸਰੋਤ ਸਰਵਣਮ। ਉਹ ਕੰਨਾਂ ਨਾਲ ਪਰਾਈ ਨਿੰਦਿਆ ਨਹੀਂ ਸੁਣਦੇ, ਪਰਾਈ ਨਿੰਦਾ ਸੁਣਦਾ ਹੀ ਉਹ ਬੰਦਾ ਹੈ ਜਿਹਨੂੰ ਆਪ ਨੂੰ ਆਨੰਦ ਆਉਂਦਾ। ਜਦੋਂ ਅਸੀਂ ਦੂਜੇ ਨੂੰ ਛੋਟਾ ਕਹਿੰਦੇ ਹਾਂ, ਆਪ ਨੂੰ ਵੱਡਾ ਕਹਿੰਦੇ ਹਾਂ, ਸਾਨੂੰ ਆਨੰਦ ਆਉਂਦਾ। ਬਾਬਾ ਦਇਆ ਸਿੰਘ ਹੋਰੀ ਇਹ 600,000 ਸੰਪੰਨ ਮਹਾਂਪੁਰਖ ਸੀ। ਮੰਤਰਮ ਰਾਮ ਨਾਮਮ ਧਿਆਨੋ ਸਰਬੱਤ ਪੂਰਨ ਹਾਂ, ਗਿਆਨੋ ਸਮ ਦੁੱਖ ਸੁੱਖਮ, ਜੁਗਤ ਨਿਰਮਲ ਨਿਰਵੈਣ ਹਾਂ, ਦਿਆਲੋ ਸਰਬੱਤ ਜੀ ਆ, ਸਭ ਤੇ ਦਇਆ ਕਰਨੀ। ਜਿਹੜਾ ਆਹ ਪਿੰਡ ਹੈ ਨਾ, ਇਹਦਾ ਨਾਂ ਹੀ ਸਾਹਿਤਿਕ ਹੈ, ਮਾਫ ਕਰਨਾ ਵਿਦਵਾਨਾਂ ਦੀ ਸਭਾ ਹੈ, ਤੇ ਵਿਰਸ਼ੋ ਬਈ ਦੇਵਾ, ਵੇਦ ਨੇ ਵਿਦਵਾਨਾਂ ਨੂੰ ਦੇਵਤੇ ਕਿਹਾ। ਪਰਮਾਤਮਾ ਨੂੰ ਕਵੀ ਵੀ ਆਖਿਆ, ਗੁਰੂ ਨਾਨਕ ਨੇ ਆਪਣੇ ਨੂੰ ਸ਼ਾਇਰ ਆਖਿਆ। ਇਸ ਪਿੰਡ ਦੇ ਨਾਚ ਵੀ ਕਵਿਤਾ ਦਾ ਉਹ ਜਿਹਾ, ਇਹਦੇ ਨਾਚ ਵੀ ਇਹ ਗੱਲ ਹੈ। ਕਿਵੇਂ? ਇਹਦਾ ਨਾਂ ਹੈ ਸੁਰ ਸਿੰਘ ਵਾਲਾ, ਸੁਰ ਮੈਣੇ ਦੇਵਤੇ, ਦੇਵਤੇ ਵੀ ਕਿਹੜੇ? ਸਿੰਘ ਰੂਪ, ਇੱਕ ਦੇਵਤੇ